ਆਤੰਕਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਵੱਲੋਂ ਭੜਕਾਊ ਬਿਆਨ। ਕਿਹਾ ਭਿੰਡਰਾਂਵਾਲਾ ਸੀ ਇੱਕ ਅੱਤਵਾਦੀ। ਮੈਂ 6 ਜੂਨ ਕੋ ਨਾ ਕੇਵਲ ਇਸ ਸੰਤ ਜਿਸ ਕੋ ਸੰਤ ਕਹਤੇ ਹੈ ਯੇ ਆਤੰਕਵਾਦੀ ਹੈ, ਯੇ ਆਤੰਕਵਾਦੀ ਹੈ। 6 ਜੂਨ ਨੂੰ ਜਲਾਇਆ ਜਾਵੇਗਾ ਭਿੰਡਰਾਂਵਾਲੇ ਦਾ ਪੁਤਲਾ। ਭਿੰਡਰਾਂਵਾਲਾ ਇੱਕ ਅੱਤਵਾਦੀ ਸੀ, 6 ਜੂਨ ਨੂੰ ਫੂਕਾਂਗੇ ਭਿੰਡਰਾਂਵਾਲੇ ਦਾ ਪੁਤਲਾ। ਇਹ ਕਹਿਣਾ ਹੈ ਅੱਤਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਦਾ। ਇੱਕ ਪਾਸੇ ਤਾਂ ਸਰਕਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਕਾ ਨੀਲਾ ਤਾਰਾ ਦੀ ਬਰਸੀ ਮਨਾਉਣ ਦੇ ਲਈ ਲੋਕਾਂ ਨੂੰ ਸ਼ਾਂਤੀ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ, ਤੇ ਦੂਜੇ ਪਾਸੇ ਅੱਤਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਵਿਰੇਸ਼ ਸਾਂਡਿਆਲ ਨੇ ਆਪਣਾ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤਾ ਹੈ, ਜਿਸ ਦੇ ਵਿੱਚ ਉਹ ਇਸ ਬਰਸੀ ਦਾ ਵਿਰੋਧ ਕਰਦੇ ਨਜ਼ਰ ਆਏ ਨੇ। ਪੰਜਾਬ ਦੇ ਵਿੱਚ ਬਣੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਇੱਕ ਵੱਡਾ ਬਿਆਨ ਦੇ ਦਿੱਤਾ ਹੈ, ਜਿਸ ਵਿੱਚ ਸਰਕਾਰ ਵੱਲੋਂ ਕੀਤੇ ਗਏ ਆਪਰੇਸ਼ਨ ਬਲੂ ਸਟਾਰ ਨੂੰ ਸਹੀ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਵਰਸੀ ਦਾ ਵਿਰੋਧ ਕਰਦੇ ਹਾਂ ਤੇ ਭਿੰਡਰਾਂਵਾਲੇ ਦਾ ਪੁਤਲਾ ਸਾੜਾਂਗੇ, ਜੋ ਕਿ ਇੱਕ ਅੱਤਵਾਦੀ ਸੀ। ਤੋ ਮੈਂ 6 ਜੂਨ ਕੋ ਐਲਾਨ ਕਰਤਾ ਹੂੰ ਐਂਟੀ ਟੈਰਰਿਸਟ ਫਰੰਟ ਇੰਡੀਆ ਔਰ ਸ੍ਰੀ ਹਿੰਦੂ ਤਖਤ ਕੀ ਤਰਫ ਸੇ, ਮੈਂ 6 ਜੂਨ ਕੋ ਨਾ ਕੇਵਲ ਇਸ ਸੰਤ ਜਿਸ ਕੋ ਸੰਤ ਕਹਤੇ ਹੈ ਯੇ ਆਤੰਕਵਾਦੀ ਹੈ, ਇਸਕੇ ਹਮ ਹਰਿਆਣਾ ਪੰਜਾਬ ਮੇਂ ਇਸਕੇ ਪੁਤਲੇ ਜਲਾਏਂਗੇ ਔਰ ਮੈਂ ਪੰਜਾਬ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੇ ਮਾਂਗ ਕਰਤਾ ਹੂੰ ਕਿ ਜਿਨ ਲੋਗੋ ਨੇ ਵੀ ਇਸਕੇ ਪੋਸਟਰ ਲਗਾਏ ਹੋਏ ਹੈ, ਇਸਕੇ ਹੋਰਡਿੰਗ ਲਗਾਏ ਹੋਏ ਹੈ, ਉਨਕੇ ਖਿਲਾਫ ਕਾਰਵਾਈ ਹੋ। ਸਾਕਾ ਨੀਲਾ ਤਾਰਾ ਦੀ ਬਰਸੀ ਵੇਲੇ ਸਿੱਖ ਪਹਿਲਾਂ ਤੋਂ ਹੀ ਭਾਵੁਕ ਹੁੰਦੇ ਨੇ, ਪਰ ਇਸ ਸਮੇਂ ਅਜਿਹੇ ਭੜਕਾਓ ਬਿਆਨ ਦੇਣੇ ਕਿੰਨੇ ਕੁ ਸਹੀ ਨੇ, ਇਹ ਸਵਾਲ ਚਰਚਾ ਦਾ ਵਿਸ਼ਾ ਜ਼ਰੂਰ ਬਣੇਗਾ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।